ਜਿਹੜੇ ਬੰਦੇ ਗਾਣਿਆਂ 'ਚ ਧੱਕਾ ਕਰਨ ਦਾ ਗਰੀਬਾਂ ਦੇ ਨਾਲ ਜ਼ਿਕਰ ਕਰਦੇ ਆ, ਉਸ ਤਰ੍ਹਾਂ ਦੇ ਲੋਕ ਜਿਹੜੇ ਕੰਜਰ ਨੇ, ਇਹ ਇਹਨਾਂ ਦੇ ਡਾਂਗਾ ਕਿਉਂ ਨਹੀਂ ਫੇਰਦੇ ਜਿਹੜੇ ਕਹਿੰਦੇ ਆ ਵੀ ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ। ਇੱਕ ਗਾਉਣ ਵਾਲੀ ਨੇ ਗਾਣਾ ਬਣਾਇਆ, ਉਹਦਾ ਨਾਮ ਆ ਗੁਰਲੇਜ ਅਖਤਰ। ਦੇਖੋ ਉਹ ਜੱਟਾਂ ਦੀਆਂ ਧੀਆਂ ਦਾ ਅਕਸ ਖਰਾਬ ਕਰ ਰਹੀ, ਕਿਉਂਕਿ ਇਹਨਾਂ ਸਾਰਿਆਂ ਦੇ ਬਜ਼ੁਰਗਾਂ ਦਾ ਅਗਰ ਆਪਾਂ ਇਤਿਹਾਸ ਖੋਲ ਕੇ ਦੇਖੀਏ, ਉਹ ਸਾਰਿਆਂ ਨੇ ਦਾੜੇ ਰੱਖੇ ਆ, ਵੱਡੇ ਵੱਡੇ ਅੰਮ੍ਰਿਤ ਛਕੇ ਹੋਏ ਨੇ। ਬਟ ਇਹ ਸਿਰਫ ਇਹਨਾਂ ਨਾਲ ਸਿੱਖੀ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ ਸਿੱਖੀ ਦੀ ਕਦਰ ਸਿਰਫ ਗਰੀਬ ਸਿੱਖ ਕਰਦਾ ਆ। ਜਿਹੜਾ ਅਮੀਰ ਸਿੱਖ ਆ ਉਹ ਸਿਰਫ ਔਰ ਸਿਰਫ ਸਿੱਖੀ ਨੂੰ ਇੱਕ ਬਿਜ਼ਨਸ ਬਣਾ ਕੇ ਗੋਲਕਾਂ ਦੇ ਕਾਬਜ ਹੋਇਆ ਬੈਠਾ ਆ, ਅਤੇ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਦੇ ਲਈ ਸਿੱਖ ਬਣਿਆ, ਪੈਸਿਆਂ ਦੇ ਲਈ ਸਿੱਖ ਬਣਿਆ, ਗੋਲਕਾਂ ਦੇ ਵਾਸਤੇ ਅਤੇ ਪ੍ਰਧਾਨਗੀਆਂ ਵਾਸਤੇ। ਉਹ ਸਿੱਖ ਦੇ ਕਛਹਿਰੇ ਦੇ ਨੀਚੇ ਖਾਕੀ ਨਿਕਰ ਹੋਏਗੀ, ਜਿਸ ਤਰ੍ਹਾਂ ਕਿ ਬਾਦਲ ਔਰ ਕੈਪਟਨ ਦੋਨਾਂ ਦੀਆਂ, ਅਗਰ ਬਾਦਲ ਦਾ ਪਜਾਮਾ ਲਾਇਆ ਜਾਵੇ ਤਾਂ ਉਹਦੇ ਨੀਚੇ ਵੀ ਖਾਕੀ ਨਿਕਰ ਹੋਏਗੀ, ਅਤੇ ਕੈਪਟਨ ਸਾਹਿਬ ਦੀ ਪਜਾਮੀ ਦੇ ਥੱਲੇ ਵੀ ਖਾਕੀ ਨਿਕਰ। ਨਰੀ ਗਾਉਣ ਵਾਲੇ ਨੇ, ਜਿਹੜੇ ਧਾਰਮਿਕ ਗਾਉਣ ਵਾਲੇ ਨੇ, ਜਿਹੜੇ ਵਧੀਆ ਪੰਜਾਬ ਨੂੰ ਸੇਧ ਦੇਣ ਵਾਲੇ ਗਾਉਣ ਵਾਲੇ ਗਾਇਕ ਨੇ, ਉਹਨਾਂ ਨੂੰ ਨਮਸਕਾਰ ਆ, ਉਹਨਾਂ ਨੂੰ ਸਲੂਟ ਆ। ਜਿਸ ਤਰ੍ਹਾਂ ਕਿ ਅੱਛੇ ਗਾਣੇ ਗਾ ਕੇ ਲੋਕਾਂ ਦੇ ਦਿਲਾਂ ਦੇ ਵਿੱਚ ਦੇਸ਼ ਪ੍ਰਤੀ ਕੌਮ ਪ੍ਰਤੀ ਜਜ਼ਬਾ ਭਰੇ ਜਾਂਦੇ ਆ, ਜਿਹੜੇ ਗਾਣੇ ਜਿਹੜੇ ਸਮਾਜ ਦੀ ਗੱਲ ਕਰਦੇ ਆ, ਰਹਿਬਰਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਸਲਿਊਟ ਆ। ਉਹਨਾਂ ਲਈ ਇਹ ਸ਼ਬਦ ਨਹੀਂ ਹੈ ਜੋ ਮੈਂ ਸ਼ਬਦ ਗਲਤ ਬੋਲਦਾ। ਜਿਹੜੇ ਬੰਦੇ ਗਾਣਿਆਂ 'ਚ ਜਾਤ ਦਾ ਜ਼ਿਕਰ ਕਰਦੇ ਆ ਔਰ ਧੱਕਾ ਕਰਨ ਦਾ ਗਰੀਬਾਂ ਦੇ ਨਾਲ ਜ਼ਿਕਰ ਕਰਦੇ ਆ, ਸ਼ਰਾਬ ਦਾ ਜ਼ਿਕਰ ਕਰਦੇ ਆ, ਹਥਿਆਰ ਦਾ ਜ਼ਿਕਰ ਕਰਦੇ ਆ, ਹਥਿਆਰਾਂ ਦਾ ਜ਼ਿਕਰ ਕਰਦੇ ਆ, ਜਿਹੜੇ ਧੀਆਂ ਨੂੰ, ਸਾਡੇ ਪੰਜਾਬ ਦੀਆਂ ਧੀਆਂ ਨੂੰ ਜੂਣੇ ਮੋੜ ਦੀ ਬੰਦੂਕ ਦੇ ਨਾਲ ਮਿਲਾਉਂਦੇ ਆ, ਹੈਂ, ਉਸ ਤਰ੍ਹਾਂ ਦੇ ਲੋਕ ਜਿਹੜੇ ਕੰਜਰ ਨੇ। ਲੱਚਰ ਗਾਣੇ ਗਾਉਣ ਵਾਲਿਆਂ ਨੂੰ ਮੈਂ ਕੰਜਰ ਕਹਿੰਦਾ ਹਾਂ, ਹਰ ਇੱਕ ਵਾਸਤੇ ਇਹ ਗਾਉਣ ਵਾਲੇ ਵਾਸਤੇ ਇਹ ਸ਼ਬਦ ਨਹੀਂ ਹਨ। ਜਿਹੜੇ ਧਾਰਮਿਕ ਗਾਉਂਦੇ ਹਨ, ਮਿਸ਼ਨਰੀ ਗਾਉਂਦੇ ਹਨ, ਉਹ ਸਾਰੇ ਨੂੰ ਸਲਿਊਟ ਹੈ ਅਤੇ ਉਹਨਾਂ ਨੂੰ ਨਮਸਕਾਰ ਵੀ ਹੈ। ਜਿਹੜੇ ਲੱਚਰ ਗਾਣੇ ਗਾ ਕੇ ਪੰਜਾਬ ਦਾ, ਸਾਡੇ ਪੰਜਾਬ ਦੇ ਸੱਭਿਆਚਾਰ ਦਾ ਮਾਹੌਲ ਖਰਾਬ ਕਰ ਰਹੇ ਨੇ, ਗੁਰੂ ਪਿਆਰੀ ਸੰਗਤ ਜੀ, ਇਹ ਉਹਨਾਂ ਲੋਕਾਂ ਵਾਸਤੇ ਸ਼ਬਦ ਨੇ। ਇਹਨਾਂ ਕੰਜਰਾਂ ਦੇ ਉੱਤੇ ਜੇ ਆਪਾਂ ਨਕੇਲ ਨਾ ਪਾਈ, ਆਹ ਹੁਣ ਦੇਖੋ ਇੱਕ ਜਿਹੜਾ ਨਵਾਂ ਉੱਠਿਆ ਆ ਫੁਕਰਾ ਗਾਉਣ ਵਾਲਾ, ਹੈ ਨਾ ਜੀ, ਸਿਰ ਦੇ ਉੱਤੇ ਪੱਗ ਬੰਨ ਕੇ ਬਹੁਤ ਬੇਇੱਜ਼ਤੀ ਕਰਾ ਰਿਹਾ, ਹੁਣੇ ਮਾਫ਼ੀ ਮੰਗ ਕੇ ਗਿਆ ਸੀਗਾ ਮਾਈ ਭਾਗੋ ਜੀ ਦੇ ਉੱਤੇ ਜਿਹੜਾ ਗਾਣਾ ਬਣਿਆ ਸੀ, ਮਾਫ਼ੀ ਮੰਗੀ ਆ। ਹੁਣ ਇਹਨੇ ਕੱਲ੍ਹ ਪਰਸੋਂ ਫਿਰ ਕੈਨੇਡਾ ਦੀ ਸਟੇਜ ਦੇ ਉੱਤੇ ਉਹੀ ਗਾਣਾ ਦੁਬਾਰਾ ਬੋਲਿਆ, ਲੇਕਿਨ ਉਹ ਗਾਣਾ ਬੋਲਣ ਤੋਂ ਪਹਿਲਾਂ ਇਹ ਕਹਿੰਦਾ ਆ ਵੀ ਮੇਰਾ ਬੜਿਆ ਲੋਕਾਂ ਨੇ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ ਆ, ਵਿਰੋਧ ਕੀਤਾ, ਕਹਿੰਦਾ ਮੈਂ ਉਹਨਾਂ ਦਾ ਪ੍ਰਵਾਹ ਨਹੀਂ ਕਰਦਾ, ਕਹਿੰਦਾ ਇਹਦੇ ਮੂੰਹੋਂ ਸੁਣੋ, ਕਿਉਂਕਿ ਜੋ ਇਹਨੇ ਸ਼ਬਦ ਬੋਲੇ ਨੇ ਉਹ ਸ਼ਬਦ ਮੈਂ ਨਹੀਂ ਬੋਲ ਸਕਦਾ, ਤੁਸੀਂ ਸੁਣੋ, ਇਹਦੇ ਮੂੰਹੋਂ ਸਟੇਜ ਦੇ ਉੱਤੇ ਬੋਲ ਰਿਹਾ ਹੈ। ਹੁਣ ਇਸ ਬੰਦੇ ਨੇ ਆਪਣੀ ਮਾਨਸਿਕਤਾ ਦੱਸਦੀ ਆ ਵੀ ਇਹਦਾ ਦਿਮਾਗ ਕਿੱਦਾਂ ਦਾ ਆ। ਮੈਂ ਸਮਝਦਾ ਹਾਂ ਵੀ ਪੰਜਾਬ ਦੇ ਵਿੱਚ ਗਰੀਬਾਂ ਨਾਲ ਧੱਕੇ ਕਰਨ ਵਾਲੇ, ਸਾਡੇ ਕੋਈ ਵੀ ਅਮੀਰ ਜਾਂ ਗਰੀਬ ਬੰਦੇ ਨਾਲ ਧੱਕਾ ਕਰਦਾ ਆ, ਕਿਉਂਕਿ ਇਹ ਕਹਿੰਦਾ ਆ ਕਿ ਧੱਕਾ ਕਰਦੇ ਆ ਜਾਂ ਜੋ ਵੀ ਗਾਣੇ ਇਹ ਗਾ ਰਿਹਾ, ਇਹ ਪੰਜਾਬ ਦੇ ਵਿੱਚ ਬਹੁਤ ਵਾਇਲੈਂਸ ਪੈਦਾ ਕਰ ਰਿਹਾ। ਜੇ ਆਪਾਂ ਇੱਦਾਂ ਦੇ ਲੋਕਾਂ ਨੂੰ ਨਹੀਂ ਰੋਕਦੇ ਹਾਂ ਤਾਂ ਇਹ ਜ਼ਾਤ ਪਾਤ ਦਾ ਜ਼ਹਿਰ ਜਿਹੜਾ ਆ ਇਹ ਹੋਰ ਫੈਲੀ ਜਾ ਰਿਹਾ। ਅਤੇ ਮੈਂ ਸਮਝਦਾ ਹਾਂ ਵੀ ਤੁਸੀਂ ਦੱਸੋ ਗੁਰਪ੍ਰੀਤ ਸੰਗਤ ਜੀ ਵੀ ਜਿਹੜੇ ਲੋਕ ਸਿਰਾਂ ਦੇ ਉੱਤੇ ਦਸਤਾਰ ਸਜਾ ਕੇ ਬਾਣੇ ਪਾ ਕੇ, ਕਿਉਂਕਿ ਇਹਨਾਂ ਸਾਰਿਆਂ ਦੇ ਬਜ਼ੁਰਗਾਂ ਦਾ ਅਗਰ ਆਪਾਂ ਇਤਿਹਾਸ ਖੋਲ ਕੇ ਦੇਖੀਏ, ਉਹ ਸਾਰਿਆਂ ਨੇ ਦਾੜੇ ਰੱਖੇ ਆ, ਵੱਡੇ ਵੱਡੇ ਅੰਮ੍ਰਿਤ ਛਕੇ ਹੋਏ ਨੇ। ਬਟ ਇਹ ਸਿਰਫ ਇਹਨਾਂ ਨਾਲ ਸਿੱਖੀ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ ਸਿੱਖੀ ਦੀ ਕਦਰ ਸਿਰਫ ਗਰੀਬ ਸਿੱਖ ਕਰਦਾ ਆ। ਜਿਹੜਾ ਅਮੀਰ ਸਿੱਖ ਆ ਉਹ ਸਿਰਫ ਔਰ ਸਿਰਫ ਸਿੱਖੀ ਨੂੰ ਇੱਕ ਬਿਜ਼ਨਸ ਬਣਾ ਕੇ ਗੋਲਕਾਂ ਦੇ ਕਾਬਜ ਹੋਇਆ ਬੈਠਾ ਆ, ਅਤੇ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਦੇ ਲਈ ਸਿੱਖ ਬਣਿਆ ਆ। ਉਹ ਸਿੱਖ ਨਹੀਂ ਹੈ ਅਗਰ ਉਹਨਾਂ ਦੇ ਤੁਸੀਂ ਜਿਹੜਾ ਪੈਸਿਆਂ ਦੇ ਲਈ ਸਿੱਖ ਬਣਿਆ, ਗੋਲਕਾਂ ਦੇ ਵਾਸਤੇ ਅਤੇ ਪ੍ਰਧਾਨਗੀਆਂ ਵਾਸਤੇ। ਉਹ ਸਿੱਖ ਦੇ ਕਛਹਿਰੇ ਦੇ ਨੀਚੇ ਖਾਕੀ ਨਿਕਰ ਹੋਏਗੀ, ਜਿਸ ਤਰ੍ਹਾਂ ਕਿ ਬਾਦਲ ਔਰ ਕੈਪਟਨ ਦੋਨਾਂ ਦੀਆਂ, ਅਗਰ ਬਾਦਲ ਦਾ ਪਜਾਮਾ ਲਾਇਆ ਜਾਵੇ ਤਾਂ ਉਹਦੇ ਨੀਚੇ ਵੀ ਖਾਕੀ ਨਿਕਰ ਹੋਏਗੀ, ਅਤੇ ਕੈਪਟਨ ਸਾਹਿਬ ਦੀ ਪਜਾਮੀ ਦੇ ਥੱਲੇ ਵੀ ਖਾਕੀ ਨਿਕਰ ਆ, ਸਭ ਨੂੰ ਪਤਾ ਆ ਭਲੀ ਭਾਂਤੀ। ਅਤੇ ਇਹ ਲੋਕ ਵਾਇਲੈਂਸ ਪੈਦਾ ਕਰ ਰਹੇ ਆ, ਜਿਹਦੇ ਕਰਕੇ ਫੁਕਰੇ ਮੁੰਡੇ ਜਿਹੜੇ ਨੇ, ਖਾਸ ਕਰਕੇ ਦੇਖੋ ਮੈਂ ਸਾਰਿਆਂ ਨੂੰ ਫਿਰ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਜਿਹੜਾ ਗਰੀਬ ਜੱਟ ਆ ਉਹ ਬਹੁਤ ਵਧੀਆ, ਉਹ ਸਾਡੇ ਨਾਲ ਸਾਡੇ ਨਾਲ ਕਦੀ ਵਿਤਕਰਾ ਨਹੀਂ ਕਰਦਾ, ਉਹ ਸਾਡਾ ਭਰਾ ਆ। ਅਤੇ ਕੁਛ ਸਾਡੇ ਉਹ ਵੀ ਜੱਟ ਵੀਰ ਨੇ ਜਿਹੜੇ ਜੱਟਪੁਣਾ ਬਿਲਕੁਲ ਉਹਨਾਂ 'ਚੋਂ ਖਤਮ ਹੋ ਚੁੱਕਿਆ ਹੈ, ਬਾਬਾ ਸਾਹਿਬ ਜੀ ਦੀ ਫਿਲਾਸਫੀ ਦੇ ਉੱਤੇ ਚੱਲ ਰਹੇ ਨੇ, ਸੁੱਖਾ ਸਿੰਘ ਖਾਲਸਾ, ਆਜ਼ਾਦ ਸੋਚ ਵਾਲੇ, ਉਹ ਬੜੇ ਚੜ੍ਹਦੀ ਕਲਾ ਵਾਲੇ ਸਿੰਘ ਨੇ। ਫਿਰ ਹੋਰ ਵੀ ਬਹੁਤ ਸਾਰੇ ਸਿਮਰਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਦੇ, ਜਿਵੇਂ ਕਿ ਅਮਰੀਕ ਸਿੰਘ ਬੱਲੋ ਵਾਲੀਆ, ਇਸ ਤਰ੍ਹਾਂ ਦੇ ਹੋਰ ਵੀ ਚੜ੍ਹਦੀ ਕਲਾ ਵਾਲੇ ਬਹੁਤ ਸਿੰਘ ਸਾਰੇ ਸਿੰਘ ਨੇ, ਆਪਣਾ ਇੰਦਰਜੀਤ ਸਿੰਘ ਬੱਲੋ ਵਾਲੀਆ USA ਤੋਂ, ਇਹ
ਇਤਿਹਾਸ ਨੂੰ ਅੱਛੇ ਤਰੀਕੇ ਨਾਲ ਸਮਝ ਕੇ ਅਤੇ ਦੁਨੀਆ ਦੇ ਸਾਹਮਣੇ ਪੇਸ਼ ਕਰਦੇ ਨੇ, ਇਹ ਵਿਤਕਰਾ ਨਹੀਂ ਕਰਦੇ। ਔਰ ਇਹ ਜ਼ਿਮੀਦਾਰ ਪਰਿਵਾਰਾਂ ਦੇ ਵਿੱਚੋਂ ਨੇ, ਪਰ ਇਹ ਫਿਲਾਸਫੀ ਨੂੰ ਸਮਝ ਚੁੱਕੇ ਆ, ਬਿਲਕੁਲ ਸਾਨੂੰ ਆਪਣੇ ਭਰਾਵਾਂ ਵਾਂਗੂ ਸਮਝਦੇ ਆ। ਲੇਕਿਨ ਜਿਹੜਾ 5% ਜੱਟ ਆ, ਮੈਂ ਆਪਣੇ 95% ਪੰਜਾਬ ਦੇ ਗਰੀਬ ਬੇਜ਼ਮੀਨੇ ਘੱਟ ਜ਼ਮੀਨਾਂ ਵਾਲੇ ਜੱਟਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ 5% ਅਮੀਰ ਜੱਟ ਤੁਹਾਡਾ ਵੀ ਸ਼ੋਸ਼ਣ ਕਰ ਰਿਹਾ ਹੈ, ਜੇ ਨਹੀਂ ਕਰ ਰਿਹਾ ਤਾਂ ਤੁਸੀਂ ਤਾਂ ਦੱਸੋ। ਪਰ ਤੁਸੀਂ ਮਜਬੂਰੀ ਦੇ ਵਿੱਚ ਵੀ ਨਹੀਂ ਭਾਈ, ਅਸੀਂ ਜੱਟ ਨੂੰ ਹੀ ਵੋਟ ਪਾਉਣੀ ਆ। ਤੁਸੀਂ ਬਾਦਲਾਂ ਨੂੰ 10 ਸਾਲ ਵੋਟ ਪਾ ਕੇ ਦੇਖ ਲਈ ਆ, ਉਹਨਾਂ ਨੇ ਡਾਂਗਾ ਵੀ ਫੇਰੀਆਂ, ਉਹਨਾਂ ਨੇ ਆਪ ਜੀ ਦਾ ਸ਼ੋਸ਼ਣ ਵੀ ਕੀਤਾ ਆ, ਆਪ ਜੀ ਦੀਆਂ ਫਸਲਾਂ ਮੰਡੀਆਂ 'ਚ ਰੁਲੀਆਂ ਵੀ ਆ, ਅਤੇ ਕੈਪਟਨ ਸਾਹਿਬ ਦਾ ਵੀ ਉਹੀ ਹਾਲ ਆ ਵੀ ਉਹਨਾਂ ਦੇ ਇਹਨਾਂ ਦੇ ਰਾਜ ਦੇ ਵਿੱਚ ਤੁਸੀਂ ਇਹਨਾਂ ਦਾ ਰਾਜ ਲਿਆਂਦਾ ਆ, ਅਤੇ ਇਹਨਾਂ ਦੇ ਰਾਜ ਦੇ ਵਿੱਚ ਕੀ ਧੱਕੇ ਹੋ ਰਹੇ ਆ ਆਪ ਜੀ ਨੂੰ ਸਾਰਿਆਂ ਨੂੰ ਪਤਾ ਆ। ਅਤੇ ਮੇਰੀ ਆਪ ਜੀ ਦੇ ਚਰਨਾਂ 'ਚ ਬੇਨਤੀ ਇਹ ਆ ਵੀ ਇਸ ਤਰ੍ਹਾਂ ਦੇ ਲੱਚਰ ਗਾਣੇ ਗਾਉਣ ਵਾਲੇ, ਵਾਇਲੈਂਸ ਪੈਦਾ ਕਰਨ ਵਾਲੇ ਗਾਉਣ ਵਾਲਿਆਂ ਦੇ ਉੱਤੇ ਨਕੇਲ ਪਾਉਣੀ ਚਾਹੀਦੀ ਆ। ਇੱਕ ਗਾਉਣ ਵਾਲੀ ਨੇ ਗਾਣਾ ਬਣਾਇਆ, ਉਹਦਾ ਨਾਮ ਆ ਗੁਰਲੇਜ ਅਖਤਰ। ਦੇਖੋ ਉਹ ਜੱਟਾਂ ਦੀਆਂ ਧੀਆਂ ਦਾ ਅਕਸ ਖਰਾਬ ਕਰ ਰਹੀ ਆ। ਕਿੱਦਾਂ ਅਕਸ ਖਰਾਬ ਕਰ ਰਹੀ ਆ? ਉਹਨੇ ਇੱਕ ਗਾਣਾ ਗਾਇਆ ਆ, ਮੈਂ ਤੇਰੀ ਬਣਨਾ ਮਸ਼ੂਕ, ਚੱਟੀ ਅੱਤ ਦੀ ਬੰਦੂਕ, ਤੈਨੂੰ ਪੱਟਣਾ ਮੈਂ ਸੋਹਣਿਆ ਪਲੈਨ ਕਰਕੇ। ਇਹ ਇੱਕ ਕਲਿੱਪ ਟਿਕਟੋਕ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ। ਸਾਡੀਆਂ ਧੀਆਂ ਪੰਜਾਬ ਦੀਆਂ, ਸਭ ਦੀਆਂ ਸਾਂਝੀਆਂ ਧੀਆਂ ਭੈਣਾਂ ਨੇ, ਉਹ ਧੀਆਂ ਕਿਉਂਕਿ ਕਿਤੇ ਨਾ ਕਿਤੇ ਗੁੰਮਰਾਹ ਹੋਈਆਂ ਨੇ ਇਹਨਾਂ ਗਾਉਣ ਵਾਲਿਆਂ ਨੂੰ ਦੇਖ ਦੇਖ ਕੇ, ਉਹ ਧੀਆਂ ਉਹਦੇ ਉੱਤੇ ਵੀਡੀਓ ਬਣਾ ਰਹੀਆਂ ਆ, ਮੈਂ ਤੇਰੀ ਬਣਨਾ ਮਸ਼ੂਕ, ਜੱਟੀ ਅੱਤ ਦੀ ਬੰਦੂਕ, ਤੈਨੂੰ ਪੱਟਣਾ ਮੈਂ ਸੋਹਣਿਆ ਪਲੈਨ ਕਰਕੇ। ਉਹ ਟਿਕਟੋਕ ਦੇ ਉੱਤੇ ਜਦੋਂ ਵੀਡੀਓ ਬਣਦੀ ਆ ਤਾਂ ਉਹਦੇ ਨਾਲ ਡਿਊਟ ਕਰ ਰਹੇ ਸੀਗੇ ਚਰਦਾ ਮਲ ਰਹੇ ਬਿਹਾਰ ਦੇ ਸੀਰੀ, ਇੱਥੇ ਪੰਜਾਬ 'ਚ ਰਹਿਣ ਵਾਲੇ ਬਿਹਾਰੀਏ। ਉਹ ਸੋਚ ਕੇ ਦੇਖੋ ਵੀ ਸਾਡੇ ਪੰਜਾਬ ਦੀਆਂ ਧੀਆਂ ਦਾ ਕਿੰਨਾ ਅਕਸ ਖਰਾਬ ਹੋ ਰਿਹਾ। ਅਤੇ ਮੈਂ ਆਪ ਜੀ ਦੇ ਕੋਲੋਂ ਪੁੱਛਦਾ ਹਾਂ ਵੀ ਇਹਨਾਂ ਗਾਉਣ ਵਾਲਿਆਂ ਦਾ ਵਿਰੋਧ ਕਿਉਂ ਨਹੀਂ ਕਰਦੇ? ਇਹਨਾਂ ਦੇ ਡਾਂਗਾ ਕਿਉਂ ਨਹੀਂ ਫੇਰਦੇ ਜਿਹੜੇ ਕਹਿੰਦੇ ਆ ਵੀ ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ? ਕਿਆ ਸਾਡੀਆਂ ਜੱਟਾਂ ਦੀਆਂ ਧੀਆਂ ਜਿਹੜੀਆਂ ਨੇ ਉਹਨਾਂ ਦਾ ਗਾਣਿਆਂ 'ਚ ਜ਼ਿਕਰ ਕਰ ਕਰਕੇ ਅਕਸ ਖਰਾਬ ਨਹੀਂ ਕੀਤਾ ਜਾ ਰਿਹਾ? ਸੋ ਇੱਕ ਜਿਹੜੀ ਗਾਉਣ ਵਾਲੀ ਹੈ ਗੁਰਲੇਜ ਅਖਤਰ, ਇਹਨੇ ਗਾਣਾ ਬੋਲਿਆ ਵੀ ਮੈਂ ਤੇਰੀ ਬਣਨਾ ਮਸ਼ੂਕ, ਜੱਟੀ ਅੱਤ ਦੀ ਬੰਦੂਕ, ਤੈਨੂੰ ਪੱਟਣਾ ਮੈਂ ਸੋਹਣਿਆ ਪਲੈਨ ਕਰਕੇ। ਸੋਚੋ ਕਿੱਧਰ ਨੂੰ ਗੱਲ ਜਾ ਰਹੀ ਹੈ? ਇਹਨਾਂ ਗਾਉਣ ਵਾਲਿਆਂ ਦੀ ਵਜ੍ਹਾ ਕਰਕੇ ਜਿਹੜੀ ਨਵੀਂ ਮੰਡੀਰ ਆ ਜੱਟਾਂ ਦੇ ਮੁੰਡੇ ਜਿਹੜੇ ਨੇ ਉਹ ਮੱਛਰੇ ਪਏ ਨੇ, ਔਰ ਉਹ ਕਿਸੇ ਨੂੰ ਵੀ ਬੰਦੇ ਨੂੰ ਬੰਦਾ ਨਹੀਂ ਸਮਝਦੇ ਪਏ ਪਿੰਡਾਂ ਦੇ ਵਿੱਚ। ਹੁਣ ਆ ਜਿਹੜਾ ਗਾਣਾ ਆਇਆ ਵੀ ਜੱਟ ਧੱਕਾ ਕਰਦਾ, ਇਹ ਸਾਨੂੰ ਵੀ ਪਤਾ ਆ। ਜਿਹੜਾ ਅਮੀਰ ਜੱਟ ਆ ਉਹ ਗਰੀਬ ਜੱਟ ਨਾਲ ਵੀ ਧੱਕਾ ਕਰ ਰਿਹਾ। ਇਹ ਮਿੱਤਰਾ ਗਾਉਣ ਵਾਲਿਆ, ਮੈਂ ਤਾਂ ਤੈਨੂੰ ਤੂੰ ਜਿਹੜਾ ਨਾਮ ਸਿੱਧੂ ਮੂਸੇਵਾਲਾ ਲੈਣਾ, ਮੈਂ ਤਾਂ ਕਹਿੰਦਾ ਵੀ ਤੂੰ, ਮੈਂ ਅਗਲਾ ਸ਼ਬਦ ਨਹੀਂ ਬੋਲਣਾ ਕਿਉਂਕਿ ਉਹ ਥੋੜ੍ਹਾ ਜਿਹਾ ਗੈਰ ਸੰਵਿਧਾਨਿਕ ਹੋ ਜਾਣਾ ਆ, ਸਮਝ ਕੇ ਸਮਝਣ ਵਾਲੇ ਸਮਝ। ਇਹਨੂੰ ਦੇਖਾ ਦੇਖੀ ਨੌਜਵਾਨ ਜਿਹੜੀ ਆ ਉਹ ਵਾਇਲੈਂਟ ਹੋ ਰਹੀ ਆ, ਔਰ ਉਹ ਗਰੀਬਾਂ ਦੇ ਉੱਤੇ ਧੱਕਾ ਕਰ ਰਹੇ ਆ, ਰਾਈਟ? ਸੋ ਇਹਦੇ 'ਤੇ ਲਗਾਮ ਲਾਉਣੀ ਬਹੁਤ ਜ਼ਰੂਰੀ ਆ। ਮੈਂ ਆਪਣੇ ਗਰੀਬ ਜੱਟ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਆਪਣੇ ਬੱਚਿਆਂ ਨੂੰ ਅੱਛੇ ਸੰਸਕਾਰ ਦੇਵੋ। ਜਿਹੜਾ ਬੰਦਾ ਸਿੱਖ ਧਰਮ 'ਚ ਪੈਦਾ ਹੋ ਕੇ ਨਾਮ ਦੇ ਨਾਲ ਸਿੰਘ ਨਹੀਂ ਲਾਉਂਦਾ, ਜਿਹੜਾ ਬੰਦਾ ਆਪਣੇ ਬੱਚਿਆਂ ਨੂੰ ਸਹੀ ਮਾਰਗ ਦਰਸ਼ਨ ਨਹੀਂ ਕਰਦਾ ਪਿੰਡਾਂ ਦੇ ਵਿੱਚ, ਜਿਹੜੇ ਪਰਿਵਾਰ ਗਰੀਬਾਂ ਨੂੰ ਵਿਹੜੇ ਵਾਲੇ ਦੱਸਦੇ ਆ, ਹੈ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਉਹਨਾਂ ਦੇ ਗੁਰਦੁਆਰੇ ਵੱਖਰੇ ਆ, ਇਹ ਕੀਤੇ ਜਾਂਦੇ, ਉਹ ਬਹੁਤ ਮਾੜੀ ਗੱਲ ਆ। ਅਤੇ ਇਸ ਤਰ੍ਹਾਂ ਦੇ ਗਾਉਣ ਵਾਲੇ ਜਿਹੜੇ ਗਾਣਿਆਂ ਦੇ ਵਿੱਚ ਇੱਕ ਜਾਤ ਦਾ ਜ਼ਿਕਰ ਕਰੀ ਜਾਂਦੇ ਆ ਵਾਰ ਵਾਰ ਅਤੇ ਧੱਕਾ ਕਰਨ ਦੀ ਗੱਲ ਕਰਦੇ ਆ, ਇਹ ਸਾਨੂੰ ਇਸ਼ਾਰਾ ਕਰ ਰਿਹਾ ਵੀ ਜੱਟ ਧੱਕਾ ਕਰਦਾ ਆ, ਅਤੇ ਔਰ ਇਹ ਗਰੀਬ ਜੱਟਾਂ ਨਾਲ ਵੀ ਧੱਕਾ ਹੋ ਰਿਹਾ, ਅਤੇ ਫਿਰ ਪਿੰਡਾਂ ਦੇ ਗਰੀਬ ਲੋਕਾਂ ਨਾਲ ਧੱਕਾ ਹੋ ਰਿਹਾ। ਔਰ ਮੂਲ ਨਿਵਾਸੀਆਂ ਨੂੰ ਮੈਂ ਸਾਰਿਆਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਹਾਂ, ਦੋ ਰਵਾਇਤੀ ਪਾਰਟੀਆਂ ਨੇ ਕਾਂਗਰਸ ਅਤੇ ਅਕਾਲੀ, ਤੁਹਾਨੂੰ ਪਤਾ ਸਭ ਤੋਂ ਜ਼ਿਆਦਾ ਧੱਕਾ ਅਤੇ ਇਹ ਕਰਦੇ ਆ, ਅਤੇ ਅੱਤ ਇਹਨਾਂ ਨੇ ਚੁੱਕੀ ਪਈ ਆ। ਇਹਨਾਂ ਦੋਨਾਂ ਤੋਂ ਸਾਨੂੰ ਛੁਟਕਾਰਾ ਪਾਉਣ ਦੀ ਜ਼ਰੂਰਤ ਆ। ਅਤੇ ਤੀਸਰੀ ਸਾਡੀ ਜਿਹੜੀ ਹਾਥੀ ਵਾਲੀ ਪਾਰਟੀ ਹੈ ਬਹੁਜਨ ਸਮਾਜ ਪਾਰਟੀ, ਗਰੀਬਾਂ ਦਾ ਅੰਦੋਲਨ ਸਾਹਿਬ ਸ਼੍ਰੀ ਕਾਂਸ਼ੀਰਾਮ ਜੀ ਨੇ ਸ਼ੁਰੂ ਕੀਤਾ ਸੀ, ਅਤੇ ਇਸ ਟਾਈਮ ਭੈਣ ਮਾਇਆਵਤੀ ਜੀ ਉਸ ਪਾਰਟੀ ਦੇ ਮੁਖੀ ਹੈ, ਅਤੇ ਉਹ ਐਡੇ ਵੱਡੇ ਵਿਪਰਵਾਦੀ ਲੋਕਾਂ ਦੇ ਨਾਲ ਲੜਾਈ ਲੜ ਰਹੀ ਹੈ। ਅਤੇ ਮੈਂ ਸਮਝਦਾ ਵੀ ਇਹ ਗਰੀਬਾਂ ਦਾ ਇੱਕ ਅੰਦੋਲਨ ਆ, ਅਤੇ ਇਸ ਪਾਰਟੀ ਦੇ ਜਿੰਨੇ ਵੀ ਲੀਡਰ ਸਨ ਅਤੇ ਇਮਾਨਦਾਰ ਵਰਕਰ ਨੇ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਵੀ ਮੇਰਾ ਸਾਥ ਦਿਓ, ਅਤੇ ਆਪਾਂ ਇਹਨਾਂ ਦੇ ਉੱਤੇ ਪਰਚਾ ਦਰਜ ਕਰਾਉਣਾ ਆ, ਅਤੇ ਇਹਨਾਂ ਨੂੰ ਜੇਲ੍ਹ ਕਰਵਾਉਣੀ ਆ, ਔਰ ਪੂਰੇ ਪੰਜਾਬ ਦੇ ਵਿੱਚ ਇੱਕ ਮੈਸੇਜ ਜਾਣਾ ਚਾਹੀਦਾ ਆ ਕੱਲ੍ਹ। ਅਤੇ ਆਪ ਜੀ ਪਲੀਜ਼ 9976004980 ਜੋ ਵੀ ਕੱਲ੍ਹ ਉੱਥੇ ਪਹੁੰਚਣਾ ਚਾਹੁਣ, ਅਤੇ ਪਲੀਜ਼ ਪਹੁੰਚਣਾ ਚਾਹੁਣ ਨਹੀਂ ਪਹੁੰਚਣਾ ਆ, ਆਪ ਜੀ ਅਗਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਬੱਚੇ ਹੋ, ਉਹਨਾਂ ਨੂੰ ਪਿਆਰ ਕਰਦੇ ਹੋ, ਆਪਣੇ ਰਹਿਬਰਾਂ ਦੇ ਮਿਸ਼ਨ ਨੂੰ ਪਿਆਰ ਕਰਦੇ ਹੋ, ਸੰਗਤੋ, ਸੰਗਤ ਜੀ ਮੂਲ ਨਿਵਾਸੀ ਅਤੇ ਗੁਰੂ ਪਿਆਰੀ ਸਿੱਖ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਜ਼ਰੂਰ ਪਹੁੰਚੋ, ਇਕੱਠੇ ਹੋਵੋ, ਇਹਨਾਂ ਨਾਲ ਸਮਝੌਤਾ ਨਹੀਂ ਕਰਨਾ। ਕੱਲ੍ਹ ਪਰਚਾ ਦਰਜ ਕਰਾ ਕੇ ਪੂਰੇ ਪੰਜਾਬ ਦੇ ਜਾਤ ਦੇ ਹੰਕਾਰੇ ਲੋਕਾਂ ਨੂੰ ਨਸੀਹਤ ਦੇਣੀ ਆ। ਠੀਕ ਹੈ ਜੀ, ਇਜਾਜ਼ਤ ਦਿਓ, ਅਗਰ ਕੋਈ ਸ਼ਬਦ ਫਾਲਤੂ ਨਿਕਲ ਗਿਆ ਹੋਵੇ ਤਾਂ ਦਾਸ ਕਿਮਤ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਵਾਲਮੀਕੀ, ਜੈ ਰਵਿਦਾਸ, ਜੈ ਕਬੀਰ।
ਜੈ ਭੀਮ ਜੈ ਭਾਰਤ।